ਇਹ ਬਾਦਲ ਕਿਹਾ ਦਿਆ ਹੱਥਾਂ ਨਾਲ ਦਿੱਤੀਆਂ ਪੰਜਾਬ ਦੇ ਸਿੱਖ ਤੇ ਕਿਸਾਨ ਮੂੰਹ ਨਾਲ ਫੋੜ ਰਹੇ ਹੋ ਇਕਦਾਰ ਦੇ ਇਹਨਾਂ ਦੇ ਪੰਜਾਬ ਦੀ ਪਿੱਠ ਦੇ ਛੁਰਾ ਮਾਰਿਆ ਹੁਣ ਡਰਾਮੇ ਕਰਦੇ ਬੰਦੇ ਲਾ ਹੁਣ ਉੱਥੇ ਕਹੀ ਜਾਂਦੇ ਲਾ ਬਿਕਰਮ ਜੀ ਮੀਠੀਆਂ ਕਿਦਾਂ ਸਾਡੀਆਂ ਲਾਸ਼ਾਂ ਲਿਜਾਉਗੀ ਉਹ ਤੇਰਾ ਮਾਸਰ ਲੋਕਾਂ ਦੀ ਨਾਲ ਲਾਸ਼ਾਂ ਦੇ ਉੱਤੇ ਚੜ ਚੜ ਕੇ ਰਾਜ ਕਰਦਾ ਰਿਹਾ ਤੇਰੇ ਮਾਸਰ ਕਰਕੇ ਜਵਾਬ ਦੇ ਤੇਰੇ ਮਾਸਰ ਤੇ ਚਾਚੇ ਨੇ ਇਹ ਐਸਵਾਈਐਲ ਬਣਾਈ ਮੇਰਾ ਦੋਸ਼ ਹੈ ਮੀਠੀਆਂ ਪਹਿਲਾਂ ਜਵਾਬ ਦੇਵੇ ਕਿ ਬਾਦਲ ਸਾਹਿਬ ਨੇ ਠੱਪਾ ਤੇ ਸਭ ਤੋਂ ਪਹਿਲਾਂ ਇਹ ਮਤਾ ਪਾਇਆ ਭਗਵੰਤ ਮਾਨ ਨੂੰ ਉਹਦੇ ਕੋਸੀ ਜਾਂਦੇ ਸਭ ਤੋਂ ਡੇਢ ਸਾਲ ਹੋਏ ਆ ਨਾ ਹੀ ਬਦੇ ਪਾਉਣ ਵਾਲੇ ਨਾ ਹੀ ਨਹਿਰ ਪਟਾਉਣ ਵਾਲੇ ਨਹਿਰ ਟੱਪ ਕਿੰਨੇ ਲਾਏ ਪਹਿਲਾਂ ਬਾਦਲ ਸਾਹਿਬ ਨੇ ਮਤੇ ਪਾਏ ਕਿ ਅਸੀਂ ਜੀ ਨਹਿਰ ਬਣਾਉਣ ਲਈ ਤਿਆਰ ਹਾਂ ਸਭ ਤੋਂ ਵੱਡਾ ਗਦਾਰ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਮਜੀਠੀਏ ਦਾ ਮਾਸੜ ਹੈ ਉਹਦਾ ਦਾ ਚਾਚਾ ਕੈਪਟਨ ਮਨਿੰਦਰ ਸਿੰਘ ਉਹ ਜਵਾਬ ਦੇਵੇ ਇਹਨਾਂ ਦੋਵਾਂ ਦਾ ਭਗਵੰਤ ਮਾਨ ਦੀ ਚਿੰਤਾ ਨਾ ਕਰੇ ਸਰ ਅਸੀਂ ਆਮ ਕਿਸਾਨ ਦੇ ਪੁੱਤ ਹੈ ਸਾਨੂੰ ਬੜਾ ਪਾਣੀ ਚਾਹੀਦਾ ਉਹ ਲੈ ਕੇ ਦਿਖਾਓ ਪੰਜਾਬ ਦੀ ਇੱਕ ਮੂੰਹ ਦੀ ਪਾਣੀ ਦੀ ਐਸਵਾਈਐਲ ਨੂੰ ਲੈ ਕੇ ਕੋਰ ਕਮੇਟੀ ਦੀ ਮੀਟਿੰਗ ਕਰ ਰਹੀ ਹੈ ਪਾਸੇ ਫੇਰ ਜਿਹੜੀ ਹੈ ਐਸਵੀਐਲ ਦਾ ਮੁੱਦਾ ਤੇਜ਼ੀ ਨਾਲ ਪੱਕ ਰਿਹਾ ਇਹ ਇਸ ਨੂੰ ਲੈ ਕੇ ਪਾਰਟੀ ਨੇ ਸਖਤ ਕਹਿਤਾ ਸਰਕਾਰ ਨੇ ਕਹਿਤਾ ਕਿ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਪਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਹਰਿਆਣੇ 'ਚ ਚੋਣਾਂ ਨੇ ਜਾਂ ਬਾਕੀ ਕੇਂਦਰ ਵੱਲੋਂ ਐਲਾਨ ਵੱਡੇ ਕੀਤੇ ਜਾ ਸਕਦੇ ਕਿ ਐਸਵੀਐਲ ਦਾ ਜਿਹੜਾ ਮੁੱਦਾ ਜਲਦੀ ਹੱਲ ਕਰਾਂਗੇ ਜੋ ਲੰਮੇ ਸਮੇਂ ਤੋਂ ਹੱਲ ਨਹੀਂ ਹੋਇਆ ਕੀ ਹੱਲ ਕਰਨਗੇ ਸਰ ਕੀ ਹੱਲ ਕਰਨਗੇ ਜਿਹੜੇ ਬੰਦੇ ਅੱਜ ਕਹਿ ਰਹੇ ਦੇਸ਼ ਦੇ ਵਿੱਚ ਮੋਦੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੀ ਔਰ ਬੀਜੇਪੀ ਦੀ ਸਰਕਾਰ ਸੀ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਸੀ ਮਸਲਾ ਕਿਉਂ ਨਹੀਂ ਹੱਲ ਕੀਤਾ ਹੁਣ ਕਾਹਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਕਰਦੇ ਆ ਸਾਡੇ ਲਈ ਜ਼ਿੰਮੇਵਾਰ ਨੇ ਉਹ ਅਸੀਂ ਤਾਂ ਡੇਢ ਸਾਲ ਪਹਿਲਾਂ ਆਏ ਆ ਅਸੀਂ ਤਾਂ ਨਾ ਨਹਿਰ ਪਟਾਉਣ ਵਾਲੇ ਨਾ ਨਹਿਰ ਕੱਢਣ ਵਾਲੇ ਨਾ ਨਹਿਰ ਦਾ ਮਤਾ ਪਾਉਣ ਵਾਲੇ ਇਹ ਅਕਾਲੀ ਕਾਂਗਰਸੀਆਂ ਨੇ ਸਾਡੀ ਨਹਿਰ ਪਟਾਈ ਬੀਜੇਪੀ ਨਾਲ ਸੀਗੀ ਇਹਨਾਂ ਨੇ ਪਟਾਈ ਇਹਨਾਂ ਨੇ ਸਭ ਕੁਝ ਕੀਤਾ ਸਰ ਪੰਜਾਬ ਦੇ ਲੋਕ ਜਿਹੜੇ ਜਿਹੜੇ ਸਿੱਖ ਨੇ ਇਹ ਤਾਂ 5000 ਪੁਰਾਣਾ ਇਤਿਹਾਸ ਜਿਹੜਾ ਉਹ ਨਹੀਂ ਭੁੱਲੇ ਤੇ ਐਸਵਾਈਐਲ ਤੇ 77 ਦੇ ਵਿੱਚ ਸ਼ੁਰੂ ਹੋਇਆ ਮਸਲਾ 76 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਕੀਤਾ ਇਹ 76 ਦੇ ਵਿੱਚ ਅਜੇ ਤੇ 50 ਸਾਲ ਹੋਏ ਇਹ ਕੋਈ ਨਹੀਂ ਭੁੱਲਦਾ ਸਰ ਇਹ ਬਾਦਲ ਕਿਹਾ ਦੀਆਂ ਹੱਥਾਂ ਨਾਲ ਦਿੱਤੀਆਂ ਪੰਜਾਬ ਦੇ ਸਿੱਖ ਤੇ ਕਿਸਾਨ ਮੂੰਹ ਨਾਲ ਖੋਲ ਰਹੇ ਹੋਣ ਇਕਦਾਰ ਨੇ ਇਹਨਾਂ ਦੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਔਰ ਮੀਟਿੰਗਾਂ ਕਰਨ ਦਾ ਕੀ ਫਾਇਦਾ ਸਰ ਜਦੋਂ ਮੀਟਿੰਗਾਂ ਕਰਨੀਆਂ ਸੀਗੀਆਂ ਉਦੋਂ ਤਾਂ ਕੀਤੀਆਂ ਨਹੀਂ ਉਦੋਂ ਤਾਂ ਸਰ ਜਦੋਂ ਲੋੜ ਸੀਗੀ ਉਦੋਂ ਮੀਟਿੰਗਾਂ ਕਰਦੇ ਉਦੋਂ ਬੀਜੇਪੀ ਸਟੈਂਡ ਲੈਂਦੀ ਉਦੋਂ ਅਕਾਲੀ ਸਟੈਂਡ ਲੈਂਦੀ ਉਦੋਂ ਕਾਂਗਰਸ ਸਟੈਂਡ ਲੈਂਦੀ ਇਹਨਾਂ ਨੇ ਬਣਾਈ ਨਾ ਸਰ ਸਾਡਾ ਤੇ ਤਲਕ ਵਾਸਤਾ ਉਹਦੇ ਨੂੰ ਕਰੀ ਸਾਡਾ ਤਲਕ ਵਾਸਤਾ ਸਿੱਧਾ ਜਿਹਾ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਿੱਚ ਸਾਡੇ ਕੋਲ ਨਾ ਪਾਣੀ ਹੈਗਾ ਨਾ ਅਸੀਂ ਕਿਸੇ ਨੂੰ ਪਾਣੀ ਦੇਣਾ ਸਾਡੇ ਕੋਲ ਹੈ ਹੀ ਨਹੀਂ ਦੇਣਾ ਕਿੱਥੋਂ ਸਰ ਸਾਡੇ ਕੋਲ ਆਪਣੇ ਜੋਗਾ ਪਾਣੀ ਨਹੀਂ ਇਹ ਜੋ ਮਰਜ਼ੀ ਪ੍ਰਚਾਰ ਕਰੀ ਜਾਣ ਇਹਨਾਂ ਦੇ ਪ੍ਰਚਾਰ ਦਾ ਕੀ ਬੋਲਿਆ ਜੀ ਲੱਗਦਾ ਇਹ ਡਰਾਮਾ ਕਰ ਰਿਹਾ ਜਦੋਂ ਅਮਿਤ ਸ਼ਾਹ ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਸੀ ਪਾਣੀ ਨਹੀਂ ਦਿੱਤਾ ਜਾਵੇਗਾ ਸਰ ਜੀ 100% ਦੀ 500% ਡਰਾਮਾ ਕਰ ਰਹੇ ਸਭ ਤੋਂ ਵੱਡਾ ਡਰਾਮਾ ਬਿਕਰਮਜੀਤ ਮਜੀਠੀਆ ਦਾ ਪਿਛਲੇ 4-5 ਦਿਨ ਬਿਕਰਮਜੀਤ ਮਜੀਠੀਆ ਜੀ ਅਕਾਲੀ ਦਲ ਦੇ ਲੀਡਰ ਨੇ ਉਹ ਦੇਖੋ ਕੀ ਡਰਾਮਾ ਕਰ ਰਿਹਾ ਔਰ ਉਹਨੂੰ ਸਮਝ ਨਹੀਂ ਲੱਗਦੀ ਉਦੋਂ ਮੈਂ ਕਿਹਾ ਉਦੋਂ ਜੰਮਿਆ ਸੀ ਜਦੋਂ ਉਹਦੇ ਮਾਸੜ ਜੀ ਨੇ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਇਹ ਜਿਹੜੀ ਪ੍ਰੋਬਲਮ ਆਈ ਬਿਕਰਮਜੀਤ ਮਜੀਠੀਆ ਦੇ ਮਾਸੜ ਜੀ ਨੇ ਤੇ ਉਹਦੇ ਚਾਚਾ ਜੀ ਨੇ ਅੰਕਲ ਜੀ ਨੇ ਉਹਨਾਂ ਦੋ ਬੰਦਿਆਂ ਕਰਕੇ ਉਹਦੇ ਮਾਸੜ ਜੀ ਕੌਣ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਮਾਸੜ ਜੀ ਸੀਗੇ ਉਹਦੀ ਸਿਸਟਰ ਉਧਰ ਗਈ ਆ ਉਹਦੇ ਅੰਕਲ ਕੌਣ ਨੇ ਚਾਚਾ ਜੀ ਕੌਣ ਨੇ ਕੈਪਟਨ ਮਨਿੰਦਰ ਸਿੰਘ ਜਿਹੜੇ ਉਹਨਾਂ ਦੇ ਪਿਤਾ ਜੀ ਨਾਲ ਪੜ੍ਹਦੇ ਰਹੇ ਕੈਪਟਨ ਸਾਹਿਬ ਦੇ ਕਈ ਇਹਨਾਂ ਦੱਸਿਆ 3 ਪੀੜ੍ਹੀਆਂ 4 ਪੀੜ੍ਹੀਆਂ ਦੀ ਸਾਂਝ ਸਮਝਦੇ ਕਿ ਨਹੀਂ ਗੱਲ ਜਿਹੜੀ ਨਹਿਰ ਦੀ ਸਮੱਸਿਆ ਸਰ ਇਹ ਸਮੱਸਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਕੈਪਟਨ ਮਨਿੰਦਰ ਸਿੰਘ ਨੇ ਕ੍ਰੀਏਟ ਕੀਤੀ ਜਾਣ ਬੁੱਝ ਕੇ ਕ੍ਰੀਏਟ ਕੀਤੀ ਔਰ ਜਿਹੜੇ ਕਪੂਰੀ ਦੇ ਵਿੱਚ ਇੰਦਰਾ ਗਾਂਧੀ ਕੋਲ ਚਾਂਦੀ ਦੀਆਂ ਕਈਆਂ ਨਾਲ ਜਿਹੜੇ ਟੱਪ ਲਵਾਏ ਸਰ ਉਹ ਟੱਪ ਨਹੀਂ ਲੱਗੇ ਪੰਜਾਬ ਦੇ ਹਜ਼ਾਰਾਂ ਲੋਕ ਵਿਚਾਰੇ ਉਹਨਾਂ ਦਾ ਪਾਣੀ ਤੇ ਗਿਆ ਸੀ ਐਸਵਾਈਐਲ ਦੇ ਵਿੱਚ ਲੋਕਾਂ ਦਾ ਖੂਨ ਗਿਆ ਹੁਣ ਡਰਾਮੇ ਕਰਦੇ ਫਿਰਦੇ ਲਓ ਹੁਣ ਉੱਥੇ ਕਹੀ ਜਾਂਦੇ ਲਓ ਬਿਕਰਮ ਜੀ ਮੀਠੀਆਂ ਕਿਦਾਂ ਸਾਡੀਆਂ ਲਾਸ਼ਾਂ ਤੋਂ ਜਾਊਗੀ ਔਰ ਤੇਰਾ ਮਾਸਰ ਲੋਕਾਂ ਦੀ ਨਾਲ ਲਾਸ਼ਾਂ ਦੇ ਉੱਤੇ ਚੜ ਚੜ ਕੇ ਰਾਜ ਕਰਦਾ ਰਿਹਾ ਤੇਰੇ ਮਾਸਰ ਕਰਕੇ ਜਵਾਬ ਦੇ ਤੇਰੇ ਮਾਸਰ ਦੇ ਚਾਚੇ ਨੇ ਇਹ ਐਸਵਾਈਐਲ ਬਣਾਈ ਮੇਰਾ ਦੋਸ਼ ਹੈ ਮਜੀਠੀਆ ਪਹਿਲਾਂ ਜਵਾਬ ਦੇਵੇ ਕਿ ਬਾਦਲ ਸਾਹਿਬ ਨੇ 78 ਦੇ ਸਭ ਤੋਂ ਪਹਿਲਾਂ ਇਹ ਮਤਾ ਪਾਇਆ ਦੇਵੀ ਲਾਲ ਨੇ ਉਦੋਂ ਵਿਧਾਨ ਸਭਾ ਦੇ ਵਿੱਚ ਅਨਾਊਂਸ ਕੀਤਾ ਕਿ ਸਭ ਤੋਂ
ਮਤਲਬ ਜਿਹੜਾ ਜੀ ਮੇਰੇ ਦੋਸਤ ਨੇ ਬਾਦਲ ਸਾਹਿਬ ਉਹਨਾਂ ਨੇ ਇਹ ਮੰਨ ਲਿਆ ਕਿ ਐਸ ਵਾਈ ਐਲ ਨਹਿਰ ਬਣਾਵਾਂਗੇ ਭਗਵੰਤ ਮਾਨ ਨੂੰ ਉਦਾਂ ਹੀ ਕੋਸੀ ਜਾਂਦੇ ਸਾਧੂ 1.5 ਸਾਲ ਹੋਏ ਆ ਨਾ ਹੀ ਮਤੇ ਪਾਉਣ ਵਾਲੇ ਨਾ ਹੀ ਨਹਿਰ ਪਟਾਉਣ ਵਾਲੇ ਨਹਿਰ ਟੱਪ ਕਿੰਨੇ ਲਾਏ ਪਹਿਲਾਂ ਬਾਦਲ ਸਾਹਿਬ ਨੇ ਮਤੇ ਪਾਏ ਕਿ ਅਸੀਂ ਜੀ ਨਹਿਰ ਪਟਾਉਣ ਲਈ ਤਿਆਰ ਆ ਸਭ ਤੋਂ ਵੱਡਾ ਗਦਾਰ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਮਜੀਠੀਏ ਦਾ ਮਾਸੜ ਹੈ ਉਹਦਾ ਚਾਚਾ ਕੈਪਟਨ ਅਮਰਿੰਦਰ ਸਿੰਘ ਉਹ ਜਵਾਬ ਦੇ ਇਹਨਾਂ ਦੋਵਾਂ ਦਾ ਭਗਵੰਤ ਮਾਨ ਦੀ ਚਿੰਤਾ ਨਾ ਕਰੇ ਸਰ ਅਸੀਂ ਆਮ ਕਿਸਾਨ ਦੇ ਪੁੱਤ ਆ ਸਾਨੂੰ ਬੜਾ ਪਾਣੀ ਚਾਹੀਦਾ ਕੋਈ ਲੈ ਕੇ ਦਿਖਾਓ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਇਹ ਮਜੀਠੀਆ ਕੀ ਚੀਜ਼ ਹੈ ਜੀ ਇਹ ਪਹਿਲਾਂ ਆਪਣਾ ਜਵਾਬ ਦੇਵੇ ਆਪਣਾ ਜਵਾਬ ਦੇ ਬਾਦਲ ਸਾਹਿਬ ਨੇ ਜੋ ਕੀਤਾ ਆਪਣਾ ਜਵਾਬ ਦੇ ਜੋ ਕੈਪਟਨ ਨੇ ਕੀਤਾ ਇਹ ਕਿਹਦੇ ਮੇਰੇ ਚਾਚਾ ਜੀ ਨੇ ਅੰਕਲ ਜੀ ਨੇ ਕਈਆਂ ਚਾਹੀਦੀ ਸੀ ਕਿਹਦੇ ਲਿਆਂਦੀਆਂ ਦੋਵੇਂ ਜਵਾਬ ਉੱਥੇ ਪਿਆਰ ਕਾਰਡ ਸਾਰੇ ਸੈਕਟਰੀਏਟ ਦੇ ਬਾਦਲ ਸਾਹਿਬ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ 1978 ਦੇ ਵਿੱਚ ਸਰ ਤੁਸੀਂ ਡਰਾਮੇ ਕਰਦੇ ਹੋ ਕਦੀ ਨਹਿਰਾਂ ਪਟਾ ਦਿੰਦੇ ਹੋ ਕਦੀ ਨੋਟੀਫਿਕੇਸ਼ਨ ਪਾ ਦਿੰਦੇ ਹੋ ਹੁਣ ਕਹਿੰਦੇ ਸਾਡੇ ਲਾਗੇ ਲਾਸ਼ਾਂ ਘੱਟ ਵੀ ਸੀਆਂ ਪੰਜਾਬ ਦੀਆਂ ਤੁਹਾਡਾ ਕੋਈ ਪੁੱਤ ਬਲਾ ਮਰਿਆ ਪੰਜਾਬ ਦੇ ਹਜ਼ਾਰਾਂ ਪੁੱਤ ਬਲਾ ਤੇ ਕਬੂਦੀ ਦਾ ਮੋਰਚਾ ਲਾ ਕੇ ਉਹ ਮੋਰਚਾ ਲੱਗਾ ਕਿੱਥੋਂ ਦਾ ਕਿੱਥੇ ਚੱਲ ਗਿਆ ਫਿਰ ਲਾਸ਼ਾਂ ਦੀ ਗੱਲ ਕਰਦੇ ਹੋ ਤੁਸੀਂ ਯਾਰ ਕਿਹੜੀਆਂ ਲਾਸ਼ਾਂ ਦੀ ਗੱਲ ਕਰਦੇ ਹੋ ਹੈਗੇ ਇੰਨੇ ਜੋਗੇ ਸਾਥੀਏ ਹੈਗੇ ਇੰਨੇ ਜੋਗੇ ਲਾਸ਼ਾਂ ਵਾਲੇ ਪੰਜਾਬ ਦੇ ਪੁੱਤਾਂ ਨੂੰ ਮਰਾਉਣ ਵਾਲੇ ਆ ਸੋ ਮੈਂ ਪੰਜਾਬੀਆਂ ਨੂੰ ਤੁਹਾਡੇ ਥਰੂ ਕਹਿਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਉਹਦੀ ਸਰਕਾਰ ਪੰਜਾਬ ਦੇ ਵਿੱਚੋਂ ਇੱਕ ਬੂੰਦ ਵੀ ਪਾਣੀ ਦਾ ਨਹੀਂ ਦੇਣਦੇ ਭਾਵੇਂ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਸਰ ਨਾ ਸਾਡੇ ਕੋਲ ਪਾਣੀ ਹੈਗਾ ਨਾ ਅਸੀਂ ਪਾਣੀ ਦੇਵਾਂਗੇ ਹੈ ਹੀ ਨਹੀਂ ਦੇਣਾ ਕਿੱਥੋਂ ਸਾਡੇ ਕੋਲ ਸਰ ਪਾਣੀ ਹੈ ਨਹੀਂ 70% ਆਲਰੇਡੀ ਪਾਣੀ ਪੰਜਾਬ ਦਾ ਬਾਹਰ ਜਾ ਰਿਹਾ ਤਿੰਨਾਂ ਦਰਿਆਵਾਂ ਦਾ 99% ਪੰਜਾਬ ਦੇ ਵਿੱਚ ਖੇਤੀਬਾੜੀ ਪਾਣੀ ਨਾਲ ਹੁੰਦੀ ਹੈ ਅਸੀਂ ਨਹਿਰੀ ਪਾਣੀ ਚੋਂ 28-28% ਪਾਣੀ ਯੂਜ ਕਰਦੇ ਬਾਕੀ ਪਾਣੀ ਅਸੀਂ ਟੂਬਲ ਤੋਂ ਲੈ ਰਹੇ ਸੜਕ ਪਾਣੀ ਦੇ ਰਾਹੀਂ ਕਿੱਥੋਂ ਦੇਵਾਂਗੇ ਜੀ ਇਹ ਕੋਈ ਜਾਲੀਆਂ ਕਰਵਾਉਣੀਆਂ ਕਰ ਜਾਂਦੇ ਆ ਜੀ ਲੱਛਾ ਬਚਾ ਦਿਆਂਗੇ ਜੀ ਏਦਾਂ ਕਰ ਦਿਆਂਗੇ ਜੀ ਸੋ ਮੇਰੀ ਮਜੀਠੀਆ ਸਾਹਿਬ ਨੂੰ ਬੇਨਤੀ ਆ ਕਿ ਪਹਿਲਾਂ ਦੁਨੀਆ ਭਰ ਦੇ ਸਿੱਖਾਂ ਨੂੰ ਤੇ ਕਿਸਾਨਾਂ ਨੂੰ ਇਹ ਗੱਲ ਦੱਸੋਗੇ ਤੁਹਾਡੇ ਮਾਸੜ ਦੇ ਤੁਹਾਡੇ ਚਾਚੇ ਦੀ ਕਰਤੂਤ ਦੇ ਨਾਲ ਲੋਕਾਂ ਲੋਕ ਮਰੇ ਮੇਰੀ ਮੋਰਚੇ ਲੱਗੇ ਇਹ ਮਹਿਲ ਪੁੱਟੀ ਗਈ ਬਾਦਲ ਸਾਹਿਬ ਨੇ ਗਦਾਰੀ ਕੀਤੀ ਪੰਜਾਬ ਦੇ ਨਾਲ ਜਿਹੜੇ ਬਿਕਰਮਜੀਤ ਮਜੀਠੀਆ ਦੇ ਮਾਸੜ ਜੀ ਸੀਗੇ ਇਹ ਉਦਾਂ ਹੀ ਗੱਲਾਂ ਕਰੀ ਜਾਂਦੇ ਆ ਇੱਥੇ ਜੀ ਕਾਨਫਰੰਸ ਹੋ ਗਈ ਜੀ ਇੱਥੇ ਆ ਹੋ ਗਿਆ ਜੀ ਇੱਥੇ ਹੋ ਗਿਆ ਜੀ ਡਰਾਮੇਬਾਜ਼ੀ ਨਾ ਕੋ ਗੱਲਾਂ ਬਾਤ ਸਾਜੀ ਇੱਕ ਤੁਮਕਾ ਬਾਰੀ ਦੀ ਦਿਆਂਗੇ ਜੋ ਮਰਜ਼ੀ ਹੋਵੇ ਠੀਕ ਹੈ ਨਾ ਹੀ ਦੇਣਾ ਨਾ ਮਾਨ ਸਾਹਿਬ ਦੇਣਗੇ ਇਹ ਤੁਸੀਂ ਨੋਟ ਕਰ ਠੀਕ ਹੈ